ਆਇਆ ਲੱਗ ਰਿਹਾ ਜੀ ਮੈਂ ਏਅਰਪੋਰਟ ਤੇ ਘੁੰਮ ਰਿਹਾ ਜੀ। ਪੁਰਾਣੇ ਬੱਸ ਸਟੈਂਡ ਤੋਂ ਲੱਗ ਕੇ ਨਵੇਂ ਬੱਸ ਸਟੈਂਡ 'ਚ ਕੀ ਫਰਕ ਹੈ? ਫਰਕ ਹੈਗਾ ਜੀ, ਸਵਾਰੀਆਂ ਉੱਥੋਂ ਜਿਹੜੀਆਂ ਆਉਂਦੀਆਂ ਨੇ ਕੋਈ 80 ਰੁਪਏ ਦੇ ਕੇ ਆ ਰਿਹਾ ਉਰੇ, ਕੋਈ 50 ਰੁਪਏ ਦੇ ਕੇ ਆ ਉਰੇ। ਪਰੇਸ਼ਾਨੀ ਤਾਂ ਹੈਗੀ, ਪਰੇਸ਼ਾਨੀ ਤਾਂ ਕਿਉਂ ਨਹੀਂ ਹੈਗੀ। ਮੰਦਰ ਦੁਖਨਵਾਰ ਸਾਹਿਬ ਜਿੰਨੇ ਕਦੇ ਜਾਣਾ ਜੀ, ਉੱਥੋਂ ਆਪਣਾ ਪੈਦਲ ਤੁਰ ਜਾਂਦਾ ਜੀ, ਇੱਥੋਂ ਜਿਹੜਾ ਜਾਂਦਾ 50,000 ਰੁਪਏ ਲਾ ਕੇ ਜਾਂਦਾ ਜੀ ਉੱਥੋਂ। ਕੁਛ ਨਹੀਂ ਫਾਇਦਾ ਹੋਇਆ ਜੀ, ਨੁਕਸਾਨ ਹੀ ਹੋਇਆ ਜੀ। ਲੇਟ ਹੋ ਜਾਂਦੇ ਹਾਂ ਜੀ, ਅੱਜ ਸਾਡੇ ਦੋ ਪੇਪਰ ਸੀ ਜੀ, ਉਹ ਦੋਨਾਂ ਪੇਪਰਾਂ ਦਾ ਟਾਈਮ ਲੰਘ ਗਿਆ, ਫਿਰ ਦੁਬਾਰਾ ਸਰ ਦੇ ਤਰਲੇ ਮਿਹਨਤ ਕੀਤੇ ਜੀ। ਬੱਸ ਜਦੋਂ ਬਾਹਰ ਜਾਂਦੀ ਜਾਮ ਵੀ ਬਹੁਤ ਲੱਗ ਜਾਂਦਾ ਜੀ ਉਰੇ, ਉਹਨੇ ਸਮਾਂ ਤਾਂ ਚਲੋ ਸੈੱਟ ਹੁੰਦਾ ਰਹਿੰਦਾ, ਪਰ ਜੇ 3-4 ਕਰੋੜ ਉੱਥੇ ਲੱਗ ਜਾਂਦਾ ਫਿਰ ਵਧੀਆ ਬਣ ਜਾਣਾ ਸੀ। ਐਕਸੀਡੈਂਟ ਬਹੁਤ ਹੁੰਦੇ ਸੀ, ਕਹਿੰਦਾ ਜਗ੍ਹਾ ਘੱਟ ਸੀ ਉੱਥੇ। ਉਰੇ ਵੀ ਦੋ ਬੱਚਾਂ ਵੱਜੀਆਂ ਸਵੇਰੇ ਹੀ ਆਪਸ 'ਚ, ਪਰ ਵਿਚਾਰ ਹੈ ਗਿਆ ਜੀ ਉਹਨਾਂ ਦਾ। ਏਅਰਪੋਰਟ ਵਰਗੀ ਦਿੱਖ ਨਾਲ ਬਣਿਆ ਪਟਿਆਲੇ ਦਾ ਨਵਾਂ ਬੱਸ ਸਟੈਂਡ ਚਾਲੂ ਹੋ ਚੁੱਕਿਆ, ਤੁਹਾਨੂੰ ਤਸਵੀਰ ਅਸੀਂ ਦਿਖਾਵਾਂਗੇ ਕਿਉਂਕਿ ਜਿਹੜੀਆਂ ਇੱਥੇ ਰੌਣਕਾਂ ਨੇ ਉਹ ਕਿਸ ਤਰ੍ਹਾਂ ਲੱਗੀਆਂ ਹੋਈਆਂ ਨੇ, ਕਿ ਲੋਕ ਵਾਕਈ ਪਰੇਸ਼ਾਨ ਨੇ ਜਾਂ ਲੋਕਾਂ ਨੂੰ ਕੋਈ ਸੁਵਿਧਾ ਮਿਲੀ ਹੈ, ਕਿਉਂਕਿ ਦੱਸਿਆ ਜਾ ਰਿਹਾ ਕਿ ਪੁਰਾਣੇ ਬੱਸ ਸਟੈਂਡ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਸੀ। ਸੋ ਤੁਹਾਨੂੰ ਪਹਿਲਾਂ ਬੱਸ ਸਟੈਂਡ ਦੀ ਤਸਵੀਰ ਦਿਖਾਉਂਦੇ ਹਾਂ ਜਿਹੜਾ ਕਿ ਬੱਸ ਸਟੈਂਡ ਏਅਰਪੋਰਟ ਵਰਗੀ ਦਿੱਖ ਦੇ ਨਾਲ ਬਣਿਆ ਹੋਇਆ। ਸੋ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇਸਦਾ ਉਦਘਾਟਨ ਕਰਕੇ ਗਏ ਸੀ, ਅਤੇ ਜਿਹੜੇ ਲੋਕ ਨੇ ਉਹ ਹੁਣ ਇਸ ਦੀ ਜਿਹੜੀ ਵਰਤੋਂ ਆ ਉਹ ਕਰ ਰਹੇ ਨੇ। ਸੋ ਅਸੀਂ ਪਟਿਆਲਾ ਦੇ ਬੱਸ ਸਟੈਂਡ ਵਿਖੇ ਖੜ੍ਹੇ ਹਾਂ ਵੀ ਕਿੰਨਾ ਕੁ ਜਿਹੜਾ ਲੋਕਾਂ ਨੂੰ ਲਾਭ ਹੋਇਆ। ਸੋ ਅਸੀਂ ਗੱਲਬਾਤ ਵੀ ਕਰਾਂਗੇ ਲੋਕਾਂ ਦੇ ਨਾਲ। ਭਾਈ ਜੀ ਕੀ ਨਾਮ ਆਪਣਾ? ਗੁਰਚਰਨ ਸਿੰਘ ਹੈ ਜੀ। ਭਾਈ ਜੀ ਘਨੌਰ ਤੋਂ ਜੀ। ਭਾਅ ਜੀ ਕਿੰਨਾ ਕੁ ਵਧੀਆ ਲੱਗ ਰਿਹਾ ਬੱਸ ਸਟੈਂਡ ਦੇਖਣ ਨੂੰ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸੁਵਿਧਾਵਾਂ ਜੀ ਇੱਥੇ, ਬਹੁਤ ਵਧੀਆ। ਹਾਂਜੀ। ਪਰੇਸ਼ਾਨੀ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੋਈ? ਨਹੀਂ, ਅੱਗੇ ਨਾ ਥੋੜ੍ਹੀ ਅੱਗੇ ਜਾਣ ਦੀ ਪਰੇਸ਼ਾਨੀ ਹੁੰਦੀ ਹੈ ਜੀ, ਬੱਸ ਟਾਈਮ ਨਾਲ ਨਹੀਂ ਮਿਲਦੀ ਹੈ ਜੀ। ਪਰੇਸ਼ਾਨੀ ਹੁੰਦੀ ਹੈ ਉੱਥੇ? ਕਾਫੀ ਪਰੇਸ਼ਾਨੀ ਹੁੰਦੀ ਹੈ, ਕਈ ਵਾਰ ਉੱਧਰ ਵੀ ਬੱਸ ਦੀ ਵੇਟ ਕਰਨੀ ਪੈਂਦੀ ਹੈ ਜੀ ਆਉਣ ਵਾਸਤੇ। ਸਰਕਾਰ ਵੱਲੋਂ ਲੋਕਲ ਬੱਸਾਂ ਵੀ ਚਲਾਈਆਂ ਗਈਆਂ ਨੇ ਤਾਂ ਉਹਦਾ ਵੀ ਫਾਇਦਾ ਹੋਊਗਾ? ਹਾਂਜੀ, ਉਹਦਾ ਫਾਇਦਾ ਹੋਊਗਾ। ਕੱਲ੍ਹ ਥੋੜ੍ਹੀਆਂ ਘੱਟ ਸੀ ਬੱਸਾਂ, ਅੱਜ ਤਕਰੀਬਨ ਹੋਰ ਬੱਸਾਂ ਆ ਗਈਆਂ, ਅੱਜ ਥੋੜ੍ਹਾ ਫਾਇਦਾ ਹੋਇਆ। ਲੱਗਦਾ ਜਿਸ ਤਰ੍ਹਾਂ ਏਅਰਪੋਰਟ ਵਰਗੀ ਦਿੱਖਦਾ ਬਣਿਆ ਪਿਆ ਬੱਸ ਸਟੈਂਡ, ਕਿੰਨਾ ਕੁ ਸੋਹਣਾ ਲੱਗਦਾ? ਬਿਲਕੁਲ ਸੋਹਣਾ ਲੱਗਦਾ ਜੀ, ਜਿਵੇਂ ਕੋਈ ਮੋਹਾਲੀ ਵਾਲਾ ਏਅਰਪੋਰਟ ਹੋਵੇ, ਉਹਦੀ ਬਿਲਕੁਲ ਉਹਦੀ ਲੁੱਕ ਪੈਂਦੀ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਪਬਲਿਕ ਨੇ ਕਿਹਾ ਕਿ ਦੇਖਣ ਨੂੰ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਕਿਉਂਕਿ ਪਟਿਆਲੇ ਦੀ ਜਿਹੜੀ ਦਿੱਖ ਆ ਉਹ ਚੇਂਜ ਹੋਈ ਹੈ। ਸੋ ਤਸਵੀਰ ਅਸੀਂ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਦਿਖਾ ਰਿਹਾ। ਸੋ ਰੌਣਕਾਂ ਜਿਹੜੀਆਂ ਨੇ ਨਵੇਂ ਬੱਸ ਸਟੈਂਡ ਦੇ ਵਿੱਚ ਲੱਗ ਚੁੱਕੀਆਂ ਨੇ, ਅਤੇ ਪੁਰਾਣਾ ਬੱਸ ਸਟੈਂਡ ਜਿਹੜਾ ਉੱਥੇ ਰੌਣਕਾਂ ਘੱਟ ਗਈਆਂ ਨੇ, ਇਸ ਲਈ ਲੋਕ ਨੇ ਉਹ ਬਿਲਕੁਲ ਆ ਰਹੇ ਨੇ ਜਾ ਰਹੇ ਨੇ ਅਤੇ ਲਾਹਾ ਜਿਹੜਾ ਬੱਸ ਸਟੈਂਡ ਦਾ ਲੈ ਰਹੇ ਨੇ। ਸੋ ਤਸਵੀਰ ਅਸੀਂ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਦਿਖਾ ਰਿਹਾ ਕਿਉਂਕਿ ਮਾਤਾ ਜੀ ਕਿੱਥੇ ਜਾ ਰਹੇ ਹੋ? ਕਿੰਨਾ ਵਧੀਆ ਲੱਗ ਰਿਹਾ ਬੱਸ ਸਟੈਂਡ? ਵਧੀਆ ਨਵਾਂ ਬਣਾਇਆ, ਕਿੰਨਾ ਵਧੀਆ ਲੱਗ ਰਿਹਾ ਜੀ? ਹਾਂਜੀ, ਦੁੱਖ ਤਾਂ ਨਹੀਂ ਹੋਈ? ਨਾ ਜੀ, ਕੋਈ ਪਰੇਸ਼ਾਨੀ ਨਹੀਂ ਆਈ ਜੀ। ਹਾਂਜੀ, ਪਹਿਲਾਂ ਪੁਰਾਣੇ ਬੱਸ ਸਟੈਂਡ ਜਾਂਦੀ ਕੋਈ ਪਰੇਸ਼ਾਨੀ ਹੁੰਦੀ ਸੀ? ਕੋਈ ਬਥੇਰੀ ਪਰੇਸ਼ਾਨੀ ਹੁੰਦੀ ਸੀ ਬੱਸ ਸਟੈਂਡ ਦੀ। ਪਰੇਸ਼ਾਨੀ ਹੋ ਰਹੀ ਹੈ ਕਿ ਨਹੀਂ? ਨਾ, ਕੁਛ ਨਹੀਂ ਜੀ ਹੋਈ, ਬਿਲਕੁਲ ਕਿਸੇ ਤਰ੍ਹਾਂ ਦੀ ਪਰੇਸ਼ਾਨੀਆਂ ਉਹ ਨਹੀਂ ਆ ਰਹੀ। ਹਾਂਜੀ ਬਾਈ ਜੀ, ਕਿੱਥੋਂ? ਸੋ ਅਸੀਂ ਜਿਹੜਾ ਗੱਲਬਾਤ ਹੈ, ਕੀ ਨਾਮ ਆ ਬਾਈ? ਨਾਮ ਅਮਨਦੀਪ ਸਿੰਘ ਜੀ। ਸਰਾ ਬੜਾ ਖੁਸ਼ ਲੱਗ ਰਿਹਾ, ਕੀ ਗੱਲ ਕੁਝ ਮਿਲਿਆ? ਅੱਛਾ, ਬੱਸ ਸਟੈਂਡ ਦੇਖ ਕੇ ਨਜ਼ਾਰੇ ਆ ਰਹੇ ਹੋਰ ਹੀ ਐਨ ਗੱਲ ਬਣਾ ਦੀ ਜਮੀ ਵਾਹ ਲੱਗ ਕਿਵੇਂ ਰਿਹਾ? ਐਂ ਲੱਗ ਰਿਹਾ ਜੀ ਜਿਵੇਂ ਏਅਰਪੋਰਟ 'ਚ ਘੁੰਮ ਰਹੀ। ਹਾਂ ਜੀ, ਏਅਰਪੋਰਟ ਲੱਗ ਰਿਹਾ। ਹਾਂ ਜੀ, ਬਸ ਹੁਣ ਇੱਕ ਉਹਦੀ ਘਾਟ ਰਹਿ ਗਈ ਟਾਇਰਾਂ ਵਾਲੇ ਬੈਗ ਦੀ। ਸਾਰਾ ਕੁਛ ਓਕੇ ਆ, ਲੱਗ ਰਿਹਾ ਪੂਰਾ ਮਾਹੌਲ ਠੰਡਾ ਹੋ ਰਿਹਾ ਜੀ, ਵਧੀਆ। ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕਿ ਏਅਰਪੋਰਟ ਵਰਗੀ ਜਿਹੜੀ ਦੇਖਿਆ ਉਹ ਲੱਗ ਰਹੀ ਆ, ਸੋ ਲੋਕ ਜਿਹੜੇ ਨੇ ਉਹ ਬੱਸ ਸਟੈਂਡ ਦੇ ਵਿੱਚ ਪਹੁੰਚ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾ ਰਹੇ ਨੇ। ਸੋ ਤੁਹਾਨੂੰ ਜਿਹੜੀਆਂ ਰੌਣਕਾਂ ਨੇ ਉਹ ਬੱਸ ਸਟੈਂਡ ਦੀਆਂ ਦਿਖਾ ਦਈਏ, ਬਿਲਕੁਲ ਜਿਹੜੇ ਕਾਊਂਟਰਾਂ ਦੇ ਉੱਪਰ ਜਿਹੜੀ ਬੱਸ ਆ ਉਹ ਲੱਗੀ ਹੋਈ ਹੈ। ਸੋ ਯਾਤਰੀ ਜਿਹੜੇ ਨੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਗਾਤਾਰ ਜਾ ਰਹੇ ਨੇ। ਸੋ ਅਸੀਂ ਗੱਲਬਾਤ ਜਿਹੜੀ ਹੈ ਪਬਲਿਕ ਦੇ ਨਾਲ ਕਰਾਂਗੇ। ਸੋ ਤੁਸੀਂ ਤਸਵੀਰ ਜਿਹੜੀ ਹੈ ਉੱਪਰ ਵੀ ਦੇਖ ਸਕਦੇ ਹੋ, ਜਿਹੜੇ ਲੋਕ ਨੇ ਉਹ ਬੱਸ ਸਟੈਂਡ ਨੂੰ ਦੇਖਣ ਦੇ ਲਈ ਦੂਰ ਦੁਰਾਡੇ ਤੋਂ ਪਹੁੰਚੇ ਹੋਏ ਨੇ ਕਿਉਂਕਿ ਜਿਸ ਤਰ੍ਹਾਂ ਹੀ ਬੀਤੇ ਦਿਨ। ਹਾਂਜੀ ਬਾਈ ਜੀ, ਕੀ ਨਾਮ ਆਪਣਾ? ਕੀ ਨਾਮ ਹੈ ਭਾਈ ਆਪਣਾ? ਮਨਮੋਹਨ ਸਿੰਘ ਜੀ। ਕਿਹੜੀ ਜਗ੍ਹਾ ਲੈ ਕੇ ਜਾਂਦੇ ਹੋ ਬੱਸ? ਮੈਂ ਪਟਿਆਲਾ ਚੰਡੀਗੜ੍ਹ ਜੀ। ਹਾਂਜੀ ਭਾਅ ਜੀ, ਕਿੱਦਾਂ ਲੱਗ ਰਿਹਾ ਉਰੇ? ਪਹਿਲਾਂ ਏਅਰਪੋਰਟ ਕਰਨੀ ਜਾਂਦਾ ਸੀ ਬੱਸਾਂ ਲੈ ਕੇ ਉਹਨੂੰ, ਇਹ ਕਿੱਦਾਂ ਲੱਗ ਰਿਹਾ ਬੱਸ ਸਟੈਂਡ? ਮੈਂ ਕਹਿੰਦਾ ਮਾਹੌਲ ਵਧੀਆ ਬਣਾ ਬਈ, ਬਹੁਤ ਵਧੀਆ। ਜਿੱਦਾਂ ਚੰਡੀਗੜ੍ਹ ਦਾ ਬਣਿਆ ਉੱਦਾਂ ਮਰ ਰਿਹਾ ਜੀ, ਇਹਦਾ ਬਹੁਤ ਘੈਂਟ ਆ। ਕਿਵੇਂ ਲੱਗਦਾ ਦੇਖਣ ਨੂੰ? ਕਿਵੇਂ ਲੱਗਦਾ? ਬਹੁਤ ਵਧੀਆ ਲੱਗ ਰਿਹਾ, ਬਸ ਠੀਕ ਹੀ ਆ, ਬਸ ਵਧੀਆ ਲੱਗ ਰਿਹਾ। ਬਾਲੇ ਨਜ਼ਾਰਾ ਇਹਦਾ ਤਾਂ, ਪੁਰਾਣੇ ਬੱਸ ਦਾ ਬਹੁਤ ਗਾਂ ਸੀਗਾ, ਇਹਦਾ ਬਹੁਤ ਵਧੀਆ ਲੱਗ ਰਿਹਾ। ਪਰੇਸ਼ਾਨੀ ਪਰੇਸ਼ਾਨੀ ਤਾਂ ਨਹੀਂ ਆ ਰਹੀ ਕੋਈ? ਕੋਈ ਪਰੇਸ਼ਾਨੀ ਨਹੀਂ, ਬਸ ਕਾਊਂਟਰ ਦੀ ਪਰੇਸ਼ਾਨੀ ਹੈ, ਕਾਊਂਟਰ ਤਾਂ ਸਮਝ ਨਹੀਂ ਆਈ ਕਿਹੜੇ ਕਾਊਂਟਰ ਗੱਡੀ ਲਾਉਣੀ ਆ। ਹੌਲੀ ਹੌਲੀ ਸਮਝ ਆ ਜੂ। ਉਹੀ ਤਾਂ ਗੱਲ ਹੈਗੀ ਆ। ਹਾਂਜੀ ਹਾਂਜੀ,
माड़ी मोटी आ रही हौली हौली पता लग जूगा फिर नवा बनया नवी चीज हौली हौली पता लगता जी हूँ जो पुरानी हो जाएगी सारा कुछ पता लग जूगा जी हाँ जी हाँ जी घट लगती है एसी लगे हाँ गर्मी बाली घट है जी हाँ जी हाँ जी क्या पूरा ठंडा पूरा नारा हवा ठंडी हवा चली जी नारी वादू कनैक्टर की गल की आवे कनैक्टर वालों भी यही गल कही गया कि जोड़ा बस स्टैंड बनाया गया बाकी बहुत सुंदर तरीके से बनाया गया तो लोग जोड़े ने इस खूब पसंद कर रहे हैं सो यात्री जोड़े ने एक थान तो दूसरी थान जोड़े ने वह जा रहे हैं सो असी गलबात भी करा क्योंकि जोड़िया रौनक ने वह बस स्टैंड लगी हुई ने सो बसा जो प्रोपर तरीके उड़े लग चुकिया ने सो असी गलबात भी करा कि नाम है जी अपना सवारी ਹੁਣ ਇੱਥੇ ਬਾਹਰ ਤੋਂ ਆਉਂਦੇ ਆ ਕਈਆਂ ਨੂੰ ਪਤਾ ਨਹੀਂ ਹੈਗਾ ਨਵੇਂ ਬੱਸ ਸਟੈਂਡ ਇੱਥੇ ਬਣਿਆ ਤੇ ਸਵਾਰੀ ਦਾ ਫਰਕ ਤਾਂ ਪੈਂਦਾ ਹੀ ਦੇਖੋ ਗੱਲ ਕੀਤੀ ਜਾਵੇ ਬਣਾਇਆ ਗਿਆ ਕਿੱਦਾਂ ਲੱਗ ਰਿਹਾ ਉਰੇ ਆ ਕੇ ਕਿਉਂਕਿ ਪਹਿਲਾਂ ਚੰਡੀਗੜ੍ਹ ਵਰਗੇ ਤਰਜ ਦੇ ਉੱਪਰ ਜਾਂਦਾ ਸੀ ਏਅਰਪੋਰਟ ਦਿਖਦਾ ਸੀ ਹੁਣ ਇਹ ਕਿੱਦਾਂ ਲੱਗਦਾ ਇਹ ਤੋ ਦੇਖੋ ਬੱਸ ਸਟੈਂਡ ਤਾਂ ਵਧੀਆ ਬਣਾਇਆ ਜੀ ਆਪਣੇ ਵੱਲੋਂ ਸਰਕਾਰ ਨੇ ਕਮੀ ਪੇਸ਼ੀ ਤਾਂ ਕੋਈ ਨਹੀਂ ਹੈਗੀ ਪਰ ਹੌਲੀ ਹੌਲੀ ਲੋਕਾਂ ਦੇ ਮਨਾਂ 'ਚੋਂ ਪਰਲਾ ਬੱਸ ਸਟੈਂਡ ਉਤਰੂਗਾ ਤਾਂ ਹੀ ਗੱਲ ਬਣੇਗੀ ਇੱਥੇ ਜੀ ਹੁਣ ਇਹੀ ਗੱਲ ਕਹਿੰਦੇ ਵੀ ਹੁਣ ਦੇਖੋ ਪਿੰਡਾਂ ਤੋਂ ਜਿਹੜੀ ਸਵਾਰੀ ਆਉਂਦੀ ਹੈ ਇੱਥੇ ਉਤਰਦੀ ਹੈ ਫਿਰ ਉਹਨਾਂ ਨੂੰ ਡਬਲ ਕਿਰਾਇਆ ਲੱਗਦਾ ਹੁਣ ਪਟਿਆਲੇ ਜਾਣ ਲਈ ਇਹ ਮੁਸ਼ਕਲ ਆਉਂਦੀ ਹੈ ਵੀ ਕਿੱਥੇ ਜਾਣਾ ਵੀਰੇ ਮੈਂ ਲੁਧਿਆਣੇ ਜਾਣਾ ਪਰੇਸ਼ਾਨੀ ਆ ਰਹੀ ਹੈ ਕਿ ਨਹੀਂ ਆ ਰਹੀ ਵੀਰੇ ਪਰੇਸ਼ਾਨੀ ਤਾਂ ਹੈਗੀ ਆ ਵੀਰੇ ਭਾਈ ਹੁਣ ਕਹੋਗੇ ਜੇ ਆਪਾਂ ਨਵਾਂ ਕੰਮ ਕਰਦੇ ਹਾਂ ਕੋਈ ਮਾੜੀ ਮੋਟੀ ਪਰੇਸ਼ਾਨੀ ਤਾਂ ਆਉਂਦੀ ਹੈ ਬਹੁਤੀ ਤਾਂ ਆਉਂਦੀ ਹੈ ਪਰ ਜਿਹੜਾ ਪੁਰਾਣਾ ਬੱਸ ਅੱਡਾ ਸੀਗਾ ਉਹ ਵਧੀਆ ਸੀਗਾ ਥੋੜ੍ਹਾ ਜਿਹਾ ਸ਼ਹਿਰ ਵਾਸੀਆਂ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਹ ਅਤੇ ਉਹ ਨੇੜੇ ਸੀਗਾ ਸ਼ਹਿਰ ਦੇ ਸਭ ਕੁਝ ਨੇੜੇ ਸੀਗਾ ਸਭ ਅਵੇਲੇਬਲ ਹੈਗਾ ਸੀ ਸਾਨੂੰ ਦੁੱਖ ਨਿਵਾਰਨ ਸਾਹਿਬ ਨੇੜੇ ਪੈ ਜਾਂਦਾ ਸੀਗਾ ਪਿੱਛੋਂ ਪਾਸੋ ਸਮਾਣਾ ਚੁੰਗੀ ਨੇੜੇ ਪੈ ਜਾਂਦੀ ਸੀ ਪਰ ਲੋਕਲ ਬੱਸਾਂ ਵੀ ਚਲਾਈਆਂ ਗਈਆਂ ਨੇ ਉਹਦਾ ਤਾਂ ਲਾਭ ਹੋਊਗਾ ਕਿਉਂਕਿ ਟ੍ਰੈਫਿਕ ਸਮੱਸਿਆ ਘਟੀ ਹੈ ਐਕਸੀਡੈਂਟ ਘਟਣਗੇ ਰੋਡ ਦੇ ਉੱਪਰ ਹਾਂ ਇਹਦਾ ਫਰਕ ਤਾਂ ਪਏਗਾ ਹੀ ਇਹਦਾ ਫਰਕ ਤਾਂ ਪਏਗਾ ਹਾਂ ਪਰ ਜਿਹੜੀ ਮੁਸ਼ਕਿਲ ਹੈ ਸ਼ਹਿਰ ਵਾਸੀਆਂ ਨੂੰ ਜਿਹੜੀ ਆ ਰਹੀ ਹੈ ਬੱਸਾਂ ਦੀ ਡਬਲ ਕਿਰਾਏ ਹੋ ਰਹੇ ਆ ਸਾਰਾ ਕੁਝ ਡਬਲ ਲੱਗ ਰਿਹਾ ਉਸ ਚੀਜ਼ ਦੀ ਪ੍ਰੋਬਲਮ ਹੈਗੀ ਆ ਥੋੜ੍ਹੀ ਬਿਲਕੁਲ ਕਿਤਨਾ ਕਿਤੇੜਾ ਲੋਕ ਕਹਿ ਰਹੇ ਨੇ ਕਿ ਕੋਈ ਮਾੜੀ ਮੋਟੀ ਪਰੇਸ਼ਾਨੀ ਜਿਹੜੀ ਆ ਜ਼ਰੂਰ ਲੋਕਾਂ ਨੂੰ ਆ ਰਹੀ ਹੈ ਪਰ ਕਿਤਨਾ ਕਿਤੇ ਲੋਕ ਜਿਹੜੇ ਨੇ ਉਹ ਖੁਸ਼ ਨਜ਼ਰ ਆ ਰਹੇ ਨੇ ਸੋ ਪਟਿਆਲੇ ਦੀਆਂ ਬੱਸ ਸਟੈਂਡ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਅਸੀਂ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਦਿਖਾ ਰਹੇ ਹਾਂ ਸੋ ਅਸੀਂ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਲਗਾਤਾਰ ਕਰ ਰਹੇ ਹਾਂ ਵੀ ਜਿਹੜੇ ਲੋਕ ਨੇ ਉਹ ਬੱਸ ਦੀ ਉਡੀਕ ਕਰ ਰਹੇ ਨੇ ਕਿਉਂਕਿ ਸਮਾਂ ਜ਼ਰੂਰ ਲੱਗਿਆ ਕਿਉਂਕਿ ਜਦੋਂ ਆਪਾਂ ਕੋਈ ਘਰ ਨਵੀਂ ਚੀਜ਼ ਬਣਾਉਂਦੇ ਹਾਂ ਤਾਂ ਉਸਨੂੰ ਸਮਝਣ ਦੇ ਲਈ ਅਤੇ ਉਹਦੀ ਜਾਣਕਾਰੀ ਲੈਣ ਦੇ ਲਈ ਜਿਹੜਾ ਸਮਾਂ ਤਾਂ ਜ਼ਰੂਰ ਲੱਗਦਾ ਹੈ ਤਾਂ ਇਸੇ ਕਰਕੇ ਜਿਹੜਾ ਕਾਊਂਟਰ ਦੇ ਉੱਪਰ ਜਿਹੜੇ ਲੋਕ ਨੇ ਉਹ ਲੱਗੇ ਹੋਏ ਨੇ ਅਤੇ ਆਪਣੀ ਜਿਹੜਾ ਬੱਸ ਦਾ ਇੰਤਜ਼ਾਰ ਆ ਉਹ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਇੱਥੇ ਪਹੁੰਚੇ ਸਨ ਅਤੇ ਇਸਦਾ ਉਦਘਾਟਨ ਕੀਤਾ ਸੀ ਅਤੇ ਲੋਕ ਜਿਹੜੇ ਨੇ ਇਸਦਾ ਜ਼ਰੂਰ ਜਿਹੜੇ ਲਾਭ ਲੈ ਰਹੇ ਨੇ ਉਹ ਤੁਹਾਨੂੰ ਤਸਵੀਰ ਦਿਖਾ ਦਈਏ ਕੁਰਸੀਆਂ ਵੀ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਲਗਾਈਆਂ ਗਈਆਂ ਨੇ ਤਾਂ ਜੋ ਯਾਤਰੀ ਜਿਹੜੇ ਨੇ ਉਹ ਬੈਠ ਕੇ ਆਪਣੀ ਬੱਸ ਦਾ ਇੰਤਜ਼ਾਰ ਕਰ ਸਕਣ ਅਤੇ ਉਹਨਾਂ ਨੂੰ ਜਿਹੜਾ ਗਰਮੀ ਦੇ ਵਿੱਚ ਖੜ੍ਹਨਾ ਨਾ ਪਵੇ ਸੋ ਇਹ ਤਸਵੀਰ ਹੈ ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦੀ ਸੋ ਲੋਕ ਜਿਹੜੇ ਕਿਤੇ ਨਾ ਕਿਤੇ ਖੁਸ਼ ਜਿਹੇ ਨਜ਼ਰ ਆ ਰਹੇ ਨੇ ਅਤੇ ਲੋਕਾਂ ਦਾ ਕਹਿਣਾ ਕਿ ਜਿਹੜਾ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਨਵਾਂ ਬੱਸ ਸਟੈਂਡ ਬਣਾ ਕੇ ਲੋਕਾਂ ਨੂੰ ਇੱਕ ਵੱਡੀ ਜਿਹੜੀ ਰਾਹਤ ਆ ਉਹ ਦਿੱਤੀ ਗਈ ਹੈ ਸੋ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਲੋਕਾਂ ਨੇ ਬਾਈ ਜੀ ਕੀ ਨਾਮ ਆ ਆਪਣਾ ਵੀਰੇ ਜਗਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਉਂਦੇ ਵੀਰੇ ਅੰਨੇ ਤੋਂ ਜੀ ਭਾਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਕਿਉਂਕਿ ਪਹਿਲਾਂ ਪੁਰਾਣਾ ਬੱਸ ਸਟੈਂਡ ਸੀ ਉਰੇ ਤੁਸੀਂ ਆਏ ਹੋ ਕਿੱਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਕੋਈ ਪਰੇਸ਼ਾਨੀ ਤਾਂ ਹੈ ਨਹੀਂ ਵੈਸੇ ਕਾਲਜ ਦੀ ਪਰੇਸ਼ਾਨੀ ਹੁਣ ਚੰਡੀਗੜ੍ਹ ਦੇ ਉੱਧਰੋਂ ਬੱਸ ਚੜ੍ਹਾਉਂਦੇ ਨੇ ਉਹ ਕਹਿੰਦੇ ਵੀ ਇੱਧਰ ਬੱਸਾਂ ਲਾਤੀਆਂ ਪਰ ਪਹਿਲੇ ਦਿਨ ਪਰੇਸ਼ਾਨੀ ਹੋਈ ਤੀ ਹੁਣ ਤਾਂ ਬਾਕੀ ਦਾ ਸਹੀ ਚੱਲ ਰਿਹਾ ਸਾਰਾ ਕੁਛ ਫੀਲਿੰਗ ਕਿਵੇਂ ਆਉਂਦੀ ਆ ਕੋਈ ਫੀਲਿੰਗ ਹੁੰਦੀ ਨਾ ਤਾਂ ਵਧੀਆ ਆ ਰਹੀ ਹੈ ਪੂਰੀ ਬਹੁਤ ਵਧੀਆ ਫੀਲਿੰਗ ਹੈ ਕਿੱਦਾਂ ਦੀ ਫੀਲਿੰਗ ਆ ਰਹੀ ਸੱਚੀ ਸੱਚੀ ਵਧੀਆ ਗ੍ਰੇਟ ਫੀਲਿੰਗ ਐਨ ਪੂਰੀ ਬਹੁਤ ਵਧੀਆ ਲੱਗ ਰਿਹਾ ਹਾਂ ਜਿਸ ਤਰ੍ਹਾਂ ਪੁਰਾਣੇ ਬੱਸ ਸਟੈਂਡ ਦੀ ਗੱਲ ਕੀਤੀ ਆ ਬੈਠਣ ਦੀ ਸੁਵਿਧਾ ਬਹੁਤ ਘੱਟ ਸੀ ਪਾਣੀ ਦੀ ਬਹੁਤ ਕਮੀ ਹੁੰਦੀ ਸੀ ਇੱਥੇ ਬੈਠਣ ਦੀ ਵੀ ਸੁਵਿਧਾ ਹੈ ਪਾਣੀ ਦੀ ਵੀ ਹੈ ਇਹ ਸਾਰਾ ਜਿਹੜਾ ਸਿਸਟਮ ਆ ਪ੍ਰੋਪਰ ਤਰੀਕੇ ਲੱਗਿਆ ਕਿੱਦਾਂ ਲੱਗ ਰਿਹਾ ਇਹ ਤਾਂ ਬਹੁਤ ਵਧੀਆ ਸਿਸਟਮ ਆ ਜੀ ਉੱਥੇ ਬਹੁਤ ਪ੍ਰੋਬਲਮ ਸੀ ਬੈਠਣ ਖੜ੍ਹਨ ਦੀ ਸਮੈਲ ਵਗੈਰਾ ਬਹੁਤ ਹੀ ਉੱਥੇ ਵਾਸ਼ਰੂਮ 'ਚ ਵੀ ਅੱਗੇ ਨਾਲੋਂ ਬਹੁਤ ਵਧੀਆ ਇੱਥੇ ਸਿਸਟਮ ਸਾਰਾ ਬਿਲਕੁਲ ਜਿਸ ਤਰ੍ਹਾਂ ਜਿਹੜੇ ਸਵਾਰੀ ਜਿਹੜੇ ਨੇ ਇੱਕ ਥਾਂ ਤੋਂ ਦੂਜੀਆਂ ਜਿਹੜੇ ਥਾਂ 'ਤੇ ਸਫ਼ਰ ਕਰ ਰਹੇ ਨੇ ਲੋਕ ਨੇ ਉਹ ਇਸ
काम की जी शलाघा कर रहे हैं। सो असी लगातार जी तस्वीर तुम असी चढ़ती कला टाइम टीवी के माध्यम से दिखा रहे हैं। सो लोग जो ने बैठ के आनंद लै रहे हैं क्योंकि भाई जी की नाम अपना मेरे गोगी जी। परेशानी तो नहीं आ रही बस बुस लैके जा रहे हो कोई किमें जी? परेशानी तो नहीं आ रही कोई? परेशानी तो कोई नहीं हैगी, परेशानी तो ठीक है। पुराने बस स्टैंड तो लैके नवे बस स्टैंड की फर्क है? फर्क तो हैगा ही है, सवारियां उतों जिहड़ियां आउंदियां ने कोई 80 रुपये दे के आ रहा उरे, कोई 50 रुपये दे के आ रहा। परेशानी तो हैगी, परेशानी तो क्यों नहीं हैगी। पुराने बस स्टैंड सारा नेड़े ही, सब कुछ मंदिर दुखनवार साहब जिन्हें कहते जाना जी उतों पैदल तुर जाता जी, इतों जरा जाना 50-50 रुपये ला के जाता जी उतों। परेशानी तो हैगी, परेशानी क्यों नहीं हैगी। कहते ट्रैफिक की समस्या घटूगी, एक्सीडेंट घटेंगे, सारा कुछ घटूगा, कहते लोगों को फायदा भी तो होगा। ज़्यादा ट्रैफिक इतने सब घट नहीं हैगी, पहले नालों ज़्यादा हो गई जी, घट नहीं हैगी। आ देखो सही बाहर जाके की हाल हो रहा जी, ट्रैफिक और आटो वाले देखो बाहर की हो रहा अपने, लेकिन ज़्यादा हो गई, घटी नहीं हैगी। सब बिल्कुल जिस तरह गल की जाए यात्रियों की, ड्राइवरों की, कंडक्टर की, तो अपने अपने जो विचार ने वो साझे किए जा रहे हैं। सो असी तुम तस्वीर जी है वो लगातार चढ़ती कला टाइम टीवी के माध्यम से दिखा रहे हैं, तो लोग जोड़े ने इसका जरूर जरा ला ला रहे। हाँ जी भाई जी की कहना चाहते? हाँ जी फायदा होया कुछ करें? कुछ नहीं फायदा होया जी, आसानी होया जी, लेट हो जाने जी। अच्छे साढ़े दो पेपर से जी, और दोनों पेपरों का टाइम लंघ गया, फिर दोबारा सर के तरले मेहनत किए जी। बस जो बाहर जाती जाम भी बहुत लग जाते जी उरे। हाँ जी कोई घर वगैरह बनाने समा लगता उसमें सिस्टम सैट करने के लिए? सरकार कहती सिस्टम सैट करने समा लगेगा, तुम्हें लगता नहीं हाले समा हाले थोड़े दिन होए ने हौली हौली सैट होगा? उन्ने समा तो चलो सैट होंगे रहा, पर जे 3-4 करोड़ उत्थे लग जाता फिर वधिया बन जाना सी। हाँ जी कहते एक्सीडेंट बहुत होंगे जी, कहते जगह घट थी उत्थे, भी दो बच्चा वजिया सवेरे ही आपस च, पर विचार है गया जी उन्हों का। हाँ जी बिल्कुल जोड़े विचार ने वो अपने अपने दिते जा रहे हैं। सो असी पब्लिक जी गलबात कर रहे हैं, सो असी तेन तो तस्वीर जी है वो बस स्टैंड की उपरों भी दिखावे, जो लोग ने वो एक थान तो दूजी थान पर सफ़र कर रहे हैं, तो नवे बस स्टैंड का जरा आनंद लै रहे हैं।